ਦਸਾਂ ਗੁਰੂਆਂ ਦੀ ਜੋਤ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਭਾਈ ਪਰਮਿੰਦਰ ਸਿੰਘ ਜੀ ਰਸੀਆ ਪਾਸੋਂ ਬੜਾ ਹੀ ਰਸ ਭਿੰਨਾ, ਆਤਮਿਕ ਸ਼ਾਂਤੀ ਪ੍ਰਦਾਨ ਕਰਨ ਵਾਲਾ ਕੀਰਤਨ ਸਰਵਣ ਕੀਤਾ। ਅਸੀਂ ਭਾਈ ਸਾਹਿਬ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। ਅੱਜ ਨਿਸ਼ਾਨ ਸਾਹਿਬ ਜੀ ਦੇ ਚੋਲਿਆਂ ਦੀ ਸੇਵਾ ਜੋ ਕਿ ਦੀਵਾਨ ਹਾਲ ਵਿੱਚ ਰੱਖੇ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਕੀਤੀ ਜਾਵੇਗੀ, ਜੋ ਤਕਰੀਬਨ 1 ਵਜੇ ਵਰਦੀ ਹੈ। 20 ਮਈ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ। ਅਸੀਂ ਸਾਰੇ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ ਅਤੇ ਗੁਰੂ ਦੇ ਲੜ ਲੱਗੀਏ। 21 ਮਈ ਨੂੰ ਨਗਰ ਕੀਰਤਨ ਆਪਣੇ ਸ਼ਹਿਰ ਵਿਖੇ ਕਰਾਇਆ ਜਾ ਰਿਹਾ, ਉਹਦੇ ਲਈ ਸੇਵਾਦਾਰਾਂ ਦੀ ਲੋੜ ਹੈ। ਜੋ ਵੀ ਸੇਵਾ ਕਰਨਾ ਚਾਹੁੰਦੇ ਹੋਣ ਉਹ ਆਪਣੇ ਨਾਮ ਗੁਰਦੁਆਰਾ ਕਮੇਟੀ ਕੋਲ ਲਿਖਵਾ ਸਕਦੇ ਨੇ। ਅਤੇ ਹੁਣ ਕਥਾਵਾਚਕ ਭਾਈ ਕੁਲਬੀਰ ਸਿੰਘ ਜੀ ਸਾਨੂੰ 12 ਵਜੇ ਤੱਕ ਗੁਰਮਤਿ ਵਿਚਾਰਾਂ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।